ਨੈਕਸਟ ਪਾਰਟਿਸਪੈਂਟ ਸੁਖਮਨਦੀਪ कौर ਅਖਰਾਂ ਵਿੱਚ ਸਮੁੰਦਰ ਰਖਾਂ ਮੈਂ ਇਕਬਾਲ ਪੰਜਾਬੀ ਦਾ ਚਖੜਾਂ ਦੇ ਵਿੱਚ ਰੱਖ ਦਿੱਤਾ ਏ ਦੀਵਾ ਬਾਲ ਪੰਜਾਬੀ ਦਾ ਦੀਵਾ ਬਾਲ ਪੰਜਾਬੀ ਦਾ ਸਤਿਕਾਰਤ ਮੰਚ ਅੱਜ ਮੈਂ ਆਪ ਜੀ ਦੇ ਸਾਹਮਣੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਤੁਸ਼ਕਰ ਵਾਂਗੂ ਲੱਗਦੀ ਏ ਜਦ ਬੁੱਲਾਂ ਵਿੱਚੋਂ ਕਿਰਦੀ ਏ ਤੂੰ ਸ਼ੱਕਰ ਵਾਂਗੂੰ ਲੱਗਦੀ ਏ ਜਦ ਬੁੱਲਾਂ ਵਿੱਚੋਂ ਕਿਰਦੀ ਏ ਤੂੰ ਛਿੰਝਾਂ ਕੋਲ ਅਖਾੜਿਆਂ ਵਿੱਚ ਬਈ ਪੱਬਾਂ ਉੱਤੇ ਫਿਰਦੀ ਏ ਤੂੰ ਹਰ ਮੌਸਮ ਦੀ ਆਦੀ ਏ ਤੂੰ ਅੱਜ ਨਹੀਂ ਤੂੰ ਚਿਰਦੀ ਏ ਤੂੰ ਦੁੱਗਣੇ ਬਲ ਸੰਗ ਉੱਠਦੀ ਏ ਜੇ ਜਦ ਵੀ ਪੁੰਝੇ ਡਿੱਗਦੀ ਏ ਤੂੰ ਦੁੱਗਣੇ ਬਲ ਸੰਗ ਉੱਠਦੀ ਏ ਜੇ ਜਦ ਵੀ ਪੁੰਝੇ ਡਿੱਗਦੀ ਏ ਤੂੰ ਪੀਪਲੀਆਂ ਦੀ ਰੌਣਕ ਏ ਤੂੰ ਗਿੱਦਿਆਂ ਅੰਦਰ ਛਿੜਦੀ ਏ ਤੂੰ ਪੀਪਲੀ ਆਂਦੀ ਰੌਣਕ ਐ ਤੂੰ ਗਿੱਦਿਆਂ ਅੰਦਰ ਛਿੜਦੀ ਐ ਥੇ ਹਾਂਦਾ ਇੱਕ ਟੋਟਾ ਵੀ ਛਾਤੀ ਵਿੱਚ ਚੁੱਕੀ ਫਿਰਦੀ ਐ ਥੇ ਹਾਂਦਾ ਇੱਕ ਟੋਟਾ ਵੀ ਛਾਤੀ ਵਿੱਚ ਚੁੱਕੀ ਫਿਰਦੀ ਐ ਤੂੰ ਅੱਕ ਜੰਡੀਆਂ ਚੋਂ ਨਿਕਲੀ ਐ ਤੂੰ ਜੰਗਲੀ ਮਹਿਕਾਂ ਲੱਦੀ ਐ ਤੂੰ ਅੱਕ ਜੰਡੀਆਂ ਚੋਂ ਨਿਕਲੀ ਐ ਤੂੰ ਜੰਗਲੀ ਮਹਿਕਾਂ ਲੱਦੀ ਐ ਤੂੰ ਛਮਕਾਂ ਖਖਾ ਨਿਸਰੀ ਐ ਤੂੰ ਵਾਹਵਾ ਬਨਬਨ ਵੱਗੀ ਐ ਤੂੰ ਆਪਣੇ ਆਨੇ ਲੁੱਟੀ ਐ ਤੂੰ ਸਕਿਆਂ ਨਹੀਂ ਠੱਗੀ ਐ ਨੀ ਰਜਬ ਅਲੀ ਦੀ ਐ ਲਾਡਲੀ ਐ ਤੂੰ ਸਭ ਨੂੰ ਚੰਗੀ ਲੱਗੀ ਐ ਨੀ ਰਜਬ ਅਲੀ ਦੀ ਐ ਲਾਡਲੀ ਐ ਤੂੰ ਸਭ ਨੂੰ ਚੰਗੀ ਲੱਗੀ ਐ ਤੂੰ ਸਾਂਝਾਂ ਪੈਪੇ ਫੁੱਲੀ ਐ ਤੂੰ ਛੋਟਾਂ ਖਖਾ ਪੁੱਲੀ ਐ ਤੂੰ ਸਾਂਝਾਂ ਪੈਪੇ ਫੁੱਲੀ ਐ ਤੂੰ ਛੋਟਾਂ ਖਖਾ ਪੁੱਲੀ ਐ ਫਿਰ ਵੀ ਸਭ ਦੇ ਜ਼ਖਮਾਂ ਤੇ ਕੇ ਮਰਹਮ ਬਣ ਬਣ ਡੁੱਲੀਆਂ ਫਿਰ ਵੀ ਸਭ ਦੇ ਜ਼ਖਮਾਂ ਤੇ ਕੇ ਮਰਹਮ ਬਣ ਬਣ ਡੁੱਲੀਆਂ ਤੂੰ ਤਰ ਵਰ ਤਰ ਵਰ ਬੈਠੀ ਐ ਤੂੰ ਸਰ ਵਰ ਸਰ ਵਰ ਤਰਦੀ ਐ ਤੂੰ ਕੋਇਲ ਕੁਕੂ ਕਰਦੀ ਐ ਤੂੰ ਹਰਨੀ ਚੁੰਗੀਆਂ ਪਰਦੀ ਐ ਤੂੰ ਤੁਪਾਂ ਅੰਦਰ ਕੁਲੀ ਹੋਈ ਤੂੰ ਚਾਨਣ ਦੇ ਸੰਗ ਤੁਲੀ ਹੋਈ ਤੂੰ ਤੂੰ ਪਾ ਅੰਦਰ ਕੁਲੀ ਹੋਈ ਤੂੰ ਚਾਨਣ ਦੇ ਸੰਗ ਤੁਲੀ ਹੋਈ ਤੂੰ ਤੋੜ ਹਸ਼ਰਤਕ ਰਹਿਣੀ ਏ ਤੇਰੀ ਲੋੜ ਜਗਤ ਨੂੰ ਪੈਣੀ ਏ ਮਿੱਠ ਬੋਲੜੀ ਤੇ ਅਲਬੇਲੀ ਏ ਤੂੰ ਲੱਖਾਂ ਵਿੱਚ अकेਲੀ ਏ ਤੂੰ ਕਾਨੀ ਬਾਬੇ ਗੋਰਖ ਦੀ ਤੇ ਗੁਰਨਾਨਕ ਦੀ ਚੇਲੀ ਏ ਤੂੰ ਚਾਦਰਾਂ ਦੀ ਆਕੜ ਏ ਤੂੰ ਚੁੰਨੀ ਕੁੜੀ ਗੁਲਾਬੀ ਦੀ ਤੂੰ ਲਾਲੀ ਫਲ ਕਰੀਰਾ ਦੀ ਤੂੰ ਚਿੱਟਤ ਹੈ ਮੁਰਗਾਬੀ ਦੀ ਜਿੱਥੇ ਦਿਲ ਦੇ ਦੁਖੜੇ ਦਿਓਰਾਂ ਦੇ ਬਈ ਸੌਂਦੀ ਐ ਗਤ ਪਾਬੀ ਦੀ ਜਿੱਥੇ ਦਿਲ ਦੇ ਦੁਖੜੇ ਦਿਓਰਾਂ ਦੇ ਵੇ ਸੰਦੀ ਇਕਤ ਪਾਪੀ ਦੀ ਗੱਲ ਹੂਰ ਪਰੀ ਪੰਜਾਬੀ 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 ਦੀ ਕੇਕੇਐਚਡੀ ਇਹ ਅਖਬਾਰ ਚ ਵੀ ਕੇਕੇਐਚਡੀ ਦੀ ਐਡ ਆ ਮੈਗਜ਼ੀਨ ਵਿੱਚ ਜੋ ਹਰ ਪੇਜ ਤੇ ਕੇਕੇਐਚਡੀ ਕੇਕੇਐਚਡੀ ਫੇਸਬੁੱਕ ਦੇਖਿਆ ਕੇਕੇਐਚਡੀ YouTube ਦੇਖਿਆ ਉਹ ਚ ਵੀ ਕੇਕੇਐਚਡੀ ਮੈਂ ਵੀ ਕੱਲ ਇੰਸਟਾਗ੍ਰam ਤੇ ਦੇਖਿਆ ਸੀ ਉਹਦੇ ਉੱਤੇ ਵੀ ਕੇਕੇਐਚਡੀ ਦੀ ਐਡ ਆ ਰਹੀ ਸੀਗੀ ਇਹ ਕੇਕੇਐਚਡੀ ਕੀ ਹੈਗਾ ਦਾ ਮਤਲਬ ਕਿਸਮੇ ਕਿੰਨਾ ਹੈ ਦਮ ਕਿਸਮੇ ਕਿੰਨਾ ਹੈ ਦਮ ਦੁਨੀਆ ਦੇ ਸਾਹਮਣੇ ਆਪਣਾ ਟੈਲੈਂਟ ਦਿਖਾਉਣ ਲਈ ਇਹ ਸਭ ਤੋਂ ਵਧੀਆ ਟੈਲੈਂਟ ਸ਼ੋਅ ਹੈ ਤੇ ਸਭ ਤੋਂ ਇੰਟਰਸਟਿੰਗ ਗੱਲ ਕਿ ਇਹ ਚੀ.ਐਚ.ਡੀ ਵਾਲੇ ਸਾਨੂੰ ਟ੍ਰੇਨਿੰਗ ਵੀ ਦਿੰਦੇ ਨੇ ਤੇ ਬੱਚਿਆਂ ਨੂੰ ਇੱਕ ਪਲੇਟਫਾਰਮ ਵੀ ਦਿੰਦੇ ਨੇ ਇਹਨਾਂ ਦਾ ਨੰਬਰ ਕੀ ਹੈ 9041733733 9041733733